ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਸਤੰਬਰ ਨੂੰ ਅਧਿਆਪਕ ਡੇ ਉੱਤੇ ਲਾਈਵ ਭਾਸ਼ਣ ਜ਼ਿਲ੍ਹੇ ਦੇ 1000 ਤੋਂ ਵੱਧ ਸਕੂਲਾਂ ਦੇ ਵਿੱਚ ਕਰਵਾਇਆ ਜਾਏਗਾ। ਇਸ ਲਈ ਡੀਈਓ ਪਰਮਜੀਤ ਕੌਰ ਚਾਹਲ ਨੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਇਸ ਲਈ ਪੂਰੇ ਪ੍ਰਬੰਧ ਕਰ ਲਏ ਜਾਣ। ਉਧਰ ਸਰਕਾਰ ਵੱਲੋਂ ਇਸ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ, ਜਿਸ ਕਰਕੇ ਅਧਿਆਪਕਾਂ ਦੇ ਲਈ ਵੀ ਇਹ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ। ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਬਾਰੇ ਸੋਚਿਆ। ਮੋਦੀ ਵੱਲੋਂ ਇਹ ਕੰਮ ਕੀਤਾ ਗਿਆ। ਮੋਦੀ ਲਾਈਵ ਬੱਚਿਆਂ ਨੂੰ ਦਿਖਣ ਦੇ ਲਈ ਪੂਰੇ ਇੰਤਜ਼ਾਮ ਕੀਤੇ ਗਏ ਨੇ। ਇਸ ਬਾਰੇ ਸਹਾਇਕ ਡੀਈਓ ਆਸ਼ੀਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਇਸ ਸੰਬੰਧੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਖੁਦ ਉਸਦਾ ਅਰੇਂਜਮੈਂਟ ਕਰਨਗੇ। ਸਰਕਾਰ ਵੱਲੋਂ ਟੀਵੀ, ਐਲਸੀਡੀ ਅਤੇ ਜਰਨੇਟਰ ਆਦਿ ਦਾ ਖਰਚਾ ਆਪਣੇ ਤੌਰ ਤੇ ਕੀਤਾ ਜਾ ਰਿਹਾ ਹੈ। ਇਸ ਦੇ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ। ਅਧਿਆਪਕ ਦਿਵਸ ਦੇ ਮੌਕੇ 'ਤੇ 5 ਸਤੰਬਰ ਨੂੰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਰੂ ਦੀ ਇੰਪੋਰਟੈਂਸ ਜਿਹੜੀ ਹੈ ਕਿਸੇ ਸਮਾਜ ਦੇ ਵਿੱਚ ਦੇਸ਼ ਨੂੰ ਉੱਪਰ ਚੱਕਣ ਦੇ ਲਈ ਉਹਦੇ ਬਾਰੇ ਭਾਸ਼ਣ ਦੇਣਾ, ਉਹ ਭਾਸ਼ਣ ਸਾਰੇ ਸਕੂਲਾਂ ਵਿੱਚ ਵਿਖਾਇਆ ਜਾਵੇ, ਉਹਦੇ ਲਈ ਅਸੀਂ ਪ੍ਰਬੰਧ ਕਰ ਰਹੇ ਹਾਂ। ਸਾਰੇ ਸਕੂਲਸ ਨੂੰ ਅਸੀਂ ਇੰਸਟਰਕਟ ਕਰਤਾ ਆਪਣੇ ਸਕੂਲਾਂ ਦੇ ਵਿੱਚ ਟੀ ਵੀ ਦੇ ਥਰੂ ਜਾਂ ਰੋਟ ਦੇ ਥਰੂ ਜਾਂ ਆਈ ਸੀ ਟੀ ਲੈਬ ਦੇ ਥਰੂ ਜਾਂ ਸਿਟ ਲੈਬ ਦੇ ਥਰੂ ਸਾਰੇ ਬੱਚਿਆਂ ਨੂੰ ਇਹ ਭਾਸ਼ਣ ਦੇਖਣ ਲਈ ਸੁਣਨ ਦੇ ਲਈ ਪ੍ਰਬੰਧ ਕਰ ਲਏ। ਜਿਹੜੇ ਮੁਖੀ ਨੇ ਉਹ ਮੈਨੇਜ ਕਰ ਲੈਣਗੇ ਆਪਣੇ ਪੱਧਰ ਦੇ ਉੱਤੇ, ਜਿਸ ਤਰ੍ਹਾਂ ਵੀ ਹੈ ਫਿਰ ਜਦੋਂ ਵੀ ਫੰਡ ਆਉਣਗੇ ਉਹਨਾਂ ਨੂੰ ਟ੍ਰਾਂਸਫਰ ਕਰਦੇ ਜਾਣਗੇ। ਸਰਕਾਰੀ ਸਕੂਲ ਜਵਾਹਰ ਨਗਰ ਦੀ ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਸਟਾਫ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਤਾਂ ਕਰਨੀ ਹੀ ਪਵੇਗੀ। ਮੋਦੀ ਸਰਕਾਰ ਵੱਲੋਂ 5 ਸਤੰਬਰ ਨੂੰ ਕਰਵਾਏ ਜਾ ਰਹੇ ਲਾਈਵ ਲੈਕਚਰ ਬਾਰੇ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਨੇ। ਗਰਾਊਂਡ ਵਿੱਚ ਬੱਚਿਆਂ ਨੂੰ ਐਲਸੀਡੀ ਲਗਾ ਕੇ ਪ੍ਰਧਾਨ ਮੰਤਰੀ ਨੂੰ ਲਾਈਵ ਦਿਖਾਇਆ ਜਾਏਗਾ। ਬੱਚਿਆਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਤਾਂ ਜੋ ਉਹ ਦੁਪਹਿਰ ਦਾ ਖਾਣਾ ਵੀ ਨਾਲ ਲੈ ਕੇ ਆਉਣ। ਛੋਟੇ ਬੱਚਿਆਂ ਦੇ ਲਈ ਮਿਡ ਡੇ ਮੀਲ ਦਾ ਖਾਣਾ ਦਿੱਤਾ ਜਾਏਗਾ। ਅਸੀਂ ਆਪਣੇ ਸਕੂਲ ਦੇ ਵਿੱਚ ਪੂਰੇ ਪ੍ਰਬੰਧ ਕਰ ਲਏ ਹੈਗੇ ਨੇ, ਕਿਉਂਕਿ ਸਾਡੇ ਕਮਰੇ ਛੋਟੇ ਨੇ ਬੱਚਿਆਂ ਦੇ। ਅਸੀਂ ਗਰਾਊਂਡ ਦੇ ਵਿੱਚ ਹੀ ਐਲਸੀਡੀ ਟੀਵੀ ਦਾ ਲਗਾ ਕੇ ਉਹਦੇ ਨਾਲ ਟੈਂਪਰੇਰੀ ਕਨੈਕਸ਼ਨ ਕੇਬਲ ਦਾ ਲੈ ਕੇ ਇੱਥੇ ਬੱਚਿਆਂ ਨੂੰ ਬਿਠਾ ਲੈਣਾ। ਅੱਜ ਅਸੀਂ ਬੱਚਿਆਂ ਨੂੰ ਸਾਰਾ ਅਨਾਊਂਸ ਕਰ ਦਿੱਤਾ ਹੈਗਾ ਵੀ ਤੁਸੀਂ ਰੋਟੀਆਂ ਪਲੀਆਂ ਸਭ ਨਾਲ ਲੈ ਕੇ ਆਉਣੀਆਂ ਹੈਗੀਆਂ ਨੇ, ਪੇਰੈਂਟਸ ਨੂੰ ਆਪਣਾ ਦੱਸ ਦਿਓ ਤਾਂ ਜੋ ਟੈਨਸ਼ਨ ਨਾ ਕਰਨਾ। ਬਾਕੀ ਆਪਣੇ ਵਿੱਚ ਸਾਰੀ ਪੂਰੀ ਕੋਸ਼ਿਸ਼ ਹੈਗੀ ਹੈ, ਜਿੰਨੇ ਵੀ ਸਰਕਾਰੀ ਹਦਾਇਤਾਂ ਮੁਤਾਬਕ ਸਾਨੂੰ ਜੋ ਪ੍ਰਬੰਧ ਕਰਨ ਨੂੰ ਕਿਹਾ ਗਿਆ ਹੈ ਪੂਰੇ ਅਸੀਂ ਪ੍ਰਬੰਧ ਕਰ ਲਏ ਨੇ। ਜਨਰੇਟਰ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਹੈ। ਮੈਨੂੰ ਆਸ ਹੈ ਵੀ ਸਾਨੂੰ ਕੋਈ ਵੀ ਉਹਨਾਂ ਦੀਆਂ ਹਦਾਇਤਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ। ਸਰਕਾਰੀ ਸਕੂਲ ਜਵਾਹਰ ਨਗਰ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਕੰਮ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲੇਗਾ। ਟੀਚਰ ਡੇ ਤੇ ਟੀਚਰਾਂ ਦੇ ਲਈ ਇਹ ਇੱਕ ਵਧੀਆ ਦਿਨ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅੱਛੇ ਗੁਣ ਉਹਨਾਂ ਨੂੰ ਮਿਲਣਗੇ ਅਤੇ ਆਪਣੀਆਂ ਕਮੀਆਂ ਬਾਰੇ ਵੀ ਉਹਨਾਂ ਨੂੰ ਪਤਾ ਚੱਲੇਗਾ। ਵਿਦਿਆਰਥੀਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਲਾਈਵ ਦਿਖਾਏ ਜਾਣ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਸਰਕਾਰੀ ਸਕੂਲਾਂ ਵਿੱਚ ਸਾਰੇ ਵਿਦਿਆਰਥੀਆਂ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ ਤਾਂ ਜੋ ਆਪਣੇ ਪੇਰੈਂਟਸ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦੇਣ। ਬੱਚਿਆਂ ਨੂੰ ਕਾਫ਼ੀ ਜ਼ਿਆਦਾ ਬੈਸਟ ਲੱਗੂ, ਇਹਦੇ ਨਾਲ ਉਹਨੂੰ ਸਮਝਾਉਣ ਦੇ ਤਰੀਕੇ ਕਾਫ਼ੀ ਪਤਾ ਲੱਗ ਗਏ ਨੇ। ਜਿੱਦਾਂ ਦੇ ਬੱਚਿਆਂ ਨੂੰ ਦਿਖਾਇਆ ਜਾਏਗਾ ਜਿਹੜਾ ਨਾਲ, ਹਾਂਜੀ ਸਰ, ਬੱਚਿਆਂ ਨੂੰ ਕੀ ਸਿੱਖਣ ਨੂੰ ਮਿਲੂਗਾ ਉਹਦੇ ਸਰ? ਉਹਦੇ ਜੋ ਆਪਣਾ ਪਤਾ ਲੱਗਣਾ ਜੀ ਟੀਚਰ ਨਾਲ ਕਿਵੇਂ ਆਪਾਂ ਬਿਹੇਵ ਕਰਨਾ ਤਾਂ ਉਹਨਾਂ ਨੂੰ ਕਿਵੇਂ ਸਮਝਣਾ ਵਾ, ਤਰੀਕਾ ਪਤਾ ਲੱਗੂਗਾ ਕਿਵੇਂ ਆਪਾਂ ਸਮਝੀਏ ਉਹਨਾਂ ਤੋਂ ਕੁਸ਼ਚਨ, ਜਿਹੜੇ ਕੁਸ਼ਚਨ ਸਾਡੇ ਤੋਂ ਕਰਦੇ ਨੇ ਉਹ ਆਪਾਂ ਕਿਵੇਂ ਸਮਝ ਸਕਦੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਲਾਈਵ ਟੈਲੀਕਾਸਟ ਦਾ ਸਮਾਂ 3:45 ਤੋਂ ਸ਼ਾਮ 5 ਤੱਕ ਦਾ ਰੱਖਿਆ, ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪਰੇਸ਼ਾਨੀ ਵਾਲਾ ਸਮਾਂ ਬਣ ਚੁੱਕਿਆ ਹੈ। ਲੁਧਿਆਣਾ ਤੋਂ ਰਾਜਨ ਗੋਸਾਈ ਨਾਲ ਕੌਮਿਤਾ ਮਿਨਹਾਸ, ਡੀਐਨ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।